ਗੁਰਦਾਸਪੁਰ ਦੇ ਪਿੰਡ ਪੰਬੋਈ ਦੇ ਅਮਰਜੀਤ ਸਿੰਘ ਦੀ ਮ੍ਰਿਤਕ ਦੇਹ ਆਖਰਕਾਰ ਉਹਨਾਂ ਦੇ ਪਿੰਡ ਪਹੁੰਚ ਗਈ ਹੈ। ਸਰਬੱਤਾ ਭਲਾ ਚੈਰੀਟੇਬਲ ਟਰਸਟ ਦੇ MD SP ਸਿੰਘ ਉਪਰਾਏ ਦੀਆਂ ਕੋਸ਼ਿਸ਼ਾਂ ਦੇ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ। ਜਾਣਕਾਰੀ ਮੁਤਾਬਿਕ ਅਮਰਜੀਤ ਸਿੰਘ 12 ਵਰੇ ਪਹਿਲਾਂ ਦੁਬਈ ਗਿਆ ਸੀ, ਜਿੱਥੇ ਉਸ ਨੂੰ ਕਿਸੇ ਇਲਜ਼ਾਮ ਦੇ ਹੇਠ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਅਤੇ ਉਸ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸੀ। ਇਸੇ ਦੌਰਾਨ ਦੁਬਈ ਤੋਂ ਪਰਿਵਾਰ ਨੂੰ ਖਬਰ ਮਿਲੀ ਕਿ ਅਮਰਜੀਤ ਸਿੰਘ ਦੀ ਜੇਲ੍ਹ ਦੇ ਵਿੱਚ ਹੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਉਹ 9 ਵਰਿਆਂ ਤੋਂ ਜੇਲ੍ਹ ਅੰਦਰ ਸੀ। ਇਸ ਮੌਕੇ ਡਾਕਟਰ ਓਬਰਾਏ ਨੇ ਦੁਬਈ ਦੇ ਵਿੱਚ ਫਸੇ ਪੰਜਾਬੀਆਂ ਦੀ ਰਿਹਾਈ ਦੇ ਲਈ ਯਤਨ ਜਾਰੀ ਕਰਦੇ ਰਹਿਣ ਦੀ ਗੱਲ ਵੀ ਆਖੀ ਹੈ। ਦੋਸ਼ ਨਹੀਂ ਦੇ ਸਕਦੇ, ਰੀਜ਼ਨ ਇਹ ਕਿ ਸਰਕਾਰਾਂ ਆਪਣਾ ਕੰਮ ਕਰੀ ਜਾ ਰਹੀਆਂ, ਅਸੀਂ ਆਪਣਾ ਕੰਮ ਕਰੀ ਜਾ ਰਹੇ ਹਾਂ। ਮੈਂ ਤਾਂ ਇਹੀ ਗੱਲ ਹਮੇਸ਼ਾ ਕਹਿੰਦਾ ਹੁੰਦਾ ਕਿ ਸਾਰੇ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ। ਸਾਡੇ ਵਰਗੀਆਂ ਜੋ ਸਮਾਜ ਸੰਸਥਾਵਾਂ ਹੈਗੀਆਂ, ਇਹਨਾਂ ਦੇ ਸਿਰ 'ਤੇ ਦੇਸ਼ ਚੱਲਦਾ, ਚਾਹੇ NRIs ਹੋ ਗਏ, ਚਾਹੇ ਸਮਾਜ ਸੇਵਾ ਹੋ ਗਈਆਂ, ਇਹ ਕਰਦੀਆਂ। ਸਾਡਾ ਆਪਣਾ ਫਰਜ਼ ਬਣਦਾ ਕਿ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਅਸੀਂ ਕਰੀਏ। ਮੈਂ ਤਾਂ ਆਪਣਾ ਫਰਜ਼ ਪੂਰਾ ਕਰ ਰਿਹਾ, ਮੈਂ ਇਹ ਨਹੀਂ ਕਦੀ ਦੇਖਿਆ ਕਿ ਸਰਕਾਰ ਮੇਰੀ ਹੈਲਪ ਕਰੇਗੀ ਜਾਂ ਨਹੀਂ ਕਰੇਗੀ, ਨਾ ਹੀ ਮੈਂ ਕਦੀ ਦਰਵਾਜ਼ਾ ਖੜਕਾਇਆ ਜਾ ਕੇ ਉਹਨਾਂ ਦਾ। ਸਾਰੇ ਦੁਨੀਆ ਸਾਰੀ ਗਵਾਹ ਹੈ ਕਿ ਹੁਣ ਤੱਕ ਦੇਖੋ ਜਿਸ ਤਰ੍ਹਾਂ 123 ਬੱਚਿਆਂ ਨੂੰ ਫਾਂਸੀ ਸਜ਼ਾ ਹੋਈ ਹੋਈ ਸੀ, ਉਹਨਾਂ ਵਿੱਚੋਂ 88 ਬੱਚਿਆਂ ਦੀ ਫਾਂਸੀ ਜਿਹੜੀ ਉਹ ਮਾਫ਼ ਹੋ ਚੁੱਕੀ ਹੈ। ਪਰ ਮੈਨੂੰ ਪਤਾ ਕਿ ਉਹ ਸਿਰਫ ਜਿਹੜਾ ਬਲੱਡ ਮਨੀ ਦੇ ਕੇ ਹੀ ਉਹ ਫਾਂਸੀਆਂ ਮਾਫ਼ ਹੋਣੀਆਂ, ਉੱਦਾਂ ਹੋ ਨਹੀਂ ਸਕਦੀਆਂ। ਔਰ ਕਾਨੂੰਨ ਦੇ ਮੁਤਾਬਕ ਜਿਹੜਾ ਸਾਡਾ ਲਾਅ ਇਸ ਤਰ੍ਹਾਂ ਦਾ ਕਿ ਇਹਦੇ 'ਚ ਕੋਈ ਵੀ ਜਿਹੜੀ ਸਰਕਾਰ ਹੈਗੀ ਉਹ ਬਲੱਡ ਮਨੀ ਨਹੀਂ ਦੇ ਸਕਦੀ, ਇਹ ਪ੍ਰੋਵੀਜ਼ਨ ਹੀ ਹੈ ਨਹੀਂ ਉਹਨਾਂ ਕੋਲ। ਅਤੇ ਇਸੇ ਤਰ੍ਹਾਂ 88 ਬੱਚੇ ਹੁਣ ਤੱਕ ਬਚ ਚੁੱਕੇ ਨੇ, ਜਿਹਨਾਂ 'ਚੋਂ ਪੰਜਾਬ ਦੇ ਬੱਚੇ ਵੀ ਨੇ, ਮਹਾਰਾਸ਼ਟਰ ਦੇ ਆ, ਹੈਦਰਾਬਾਦ ਦੇ ਆ, ਬੰਗਲਾਦੇਸ਼ ਦੇ ਆ, ਨੇਪਾਲ ਦੇ ਆ, ਪਾਕਿਸਤਾਨ ਦੇ 11 ਬੱਚੇ ਆ ਜਿਹਨਾਂ ਨੂੰ ਫਾਂਸੀਆਂ ਹੋਈਆਂ ਸੀ, ਸਾਰੀਆਂ ਫਾਂਸੀਆਂ ਮਾਫ਼ ਕਰਾ ਦਿੱਤੀਆਂ ਗਈਆਂ ਨੇ। ਹੁਣ ਜਿਹੜੇ ਅਗਲੇ ਕੇਸ ਨੇ, ਦੋ ਕੇਸ ਥੱਲੇ ਪਾਈਪਲਾਈਨ 'ਚ ਨੇ, ਜਿਹੜੇ ਇੱਕ ਕੇਸ 'ਚ 12 ਬੱਚੇ ਹੈਗੇ ਨੇ ਜਿਨ੍ਹਾਂ 'ਚ ਦੋ ਕਤਲ ਹੋਏ ਹੋਏ ਨੇ, ਔਰ ਦੋਨੋਂ ਮੁੰਡੇ ਜਿਹੜੇ ਪੰਜਾਬ ਦੇ ਨੇ, ਇੱਕ ਗੁਰਦਾਸਪੁਰ ਦਾ ਹੀ ਹੈ ਅਤੇ ਇੱਕ ਮੁੰਡਾ ਜਿਹੜਾ ਕਪੂਰਥਲਾ ਡਿਸਟ੍ਰਿਕਟ ਦਾ।